ਫਾਜ਼ਿਲਕਾ ਪੁਲਿਸ ਨੇ ਇੱਕ ਵਿਅਕਤੀ ਨੂੰ 2 ਪਿਸਤੌਲਾਂ, 4 ਮੈਗਜ਼ੀਨ, 47 ਜਿੰਦਾ ਕਾਰਤੂਸ, 4 ਗ੍ਰਨੇਡ ਤੇ 50,000 ਰੁਪਏ ਦੀ ਨਕਦੀ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ SSP ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਹੈ ਕਿ CIA ਸਟਾਫ ਫਾਜ਼ਿਲਕਾ ਨੇ ਰਵਿੰਦਰ ਮੋਹਨ ਉਰਫ ਗੋਰਾ ਪੁੱਤਰ ਰਾਮ ਮੂਰਤੀ ਨਿਵਾਸੀ ਬਰਨਾਲਾ ਰੋਡ ਨੂੰ ਸਿਰਸਾ ਦੇ ਕੋਲੋਂ ਇੱਕ ਨਾਕੇਬੰਦੀ ਦੌਰਾਨ ਕਾਬੂ ਕੀਤਾ ਹੈ, ਜਿਸ ਦੇ ਕੋਲੋਂ ਹੀ ਇਹ ਸਾਰਾ ਕੁਝ ਬਰਾਮਦ ਹੋਇਆ ਹੈ। ਉਹਨਾਂ ਇਸ ਸਾਰੇ ਮਾਮਲੇ ਤੇ ਹੋਰ ਕੀ ਕਿਹਾ ਹੈ, ਆਓ ਸੁਣਦੇ ਹਾਂ। ਕੋਈ ਗ੍ਰਨੇਡ ਵਗੈਰਾ ਜਾਂ ਕੁਛ ਆਰਮਸ ਜਿਹੜੇ ਹੈਗੇ ਆ ਉਹ ਪਾਕਿਸਤਾਨ ਤੋਂ ਕੋਈ ਤਸਕਰਾਂ ਨੇ ਇੱਧਰ ਭੇਜੇ ਹੋਏ ਆ। ਸੋ ਉਸ ਇਨਫੋਰਮੇਸ਼ਨ ਦੇ ਉੱਤੇ ਅਸੀਂ ਆਪਦਾ ਜਿਹੜਾ ਹੈਗਾ ਵਾ ਉਹ ਅਲਰਟ ਜਾਰੀ ਕੀਤਾ ਅਤੇ ਇਹ ਅਰਨੀ ਵਾਲੇ ਏਰੀਏ ਦੇ ਵਿੱਚ ਇੱਕ ਗੋਰਾ ਨਾਂ ਦਾ ਮੁੰਡਾ ਇਹ ਰਹਿਣ ਵਾਲਾ ਹੈਗਾ ਇੱਥੋਂ ਦਾ ਸਰਸੇ ਦਾ, ਇਹਨੂੰ ਅਸੀਂ ਕਾਬੂ ਕੀਤਾ। ਇਹਦੇ ਤੋਂ ਸਾਨੂੰ 4 ਗ੍ਰਨੇਡ ਬਿਲਕੁਲ ਬ੍ਰੈਂਡ ਨਿਊ, ਜਿਹੜੀ ਉਹਦੀ ਪੈਕਿੰਗ ਆ ਉਹ ਪਾਕਿਸਤਾਨੀ ਪੈਕਿੰਗ ਸੀਗੀ, ਔਰ 2 ਸਾਨੂੰ ਪਿਸਟਲ, 4 ਉਹਨਾਂ ਦੇ ਮੈਗਜ਼ੀਨ ਨਾਲ ਕੋਈ 47 ਦੇ ਕਰੀਬ ਹੋਣੇ ਆ ਜਿਹੜਾ ਲਾਈਵ ਐਮੋਨੀਸ਼ਨ ਮਿਲਿਆ ਅਤੇ 50,000 ਰੁਪਈਆ ਵੀ ਇਹਦੇ ਕੋਲ ਮਿਲਿਆ ਸਾਨੂੰ। ਸੋ ਇੱਕ ਆਸ਼ੀਸ਼ ਨਾਂ ਦਾ ਬਦਮਾਸ਼ ਆ ਜਿਹੜਾ ਤਿਹਾੜ ਜੇਲ੍ਹ 'ਚ ਬੰਦ ਆ। ਇਹਦੀ ਇਨੀਸ਼ੀਅਲ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਾ ਵੀ ਉਹ ਆਸ਼ੀਸ਼ ਜਿਹੜਾ ਬੰਦਾ ਉਹਨੇ ਇਹਨੂੰ ਯੂਜ਼ ਕੀਤਾ। ਇਹ ਤਾਂ 326 ਦਾ ਮੁਕੱਦਮਾ ਸੀ ਮੋਹਾਲੀ ਦੇ ਵਿੱਚ ਅਤੇ ਇਹ ਉਦੋਂ ਜੇਲ੍ਹ ਦੇ ਵਿੱਚ ਸੀਗਾ, ਉੱਥੇ ਦੀ ਵਾਕਫੀਅਤ ਇਹਦੇ ਆਸ਼ੀਸ਼ ਦੇ ਨਾਲ ਹੋਈ ਸੀ ਪਟਿਆਲਾ ਜੇਲ੍ਹ 'ਚ। ਉੱਥੋਂ ਹੀ ਇਹਨਾਂ ਦੇ ਆਪਦੇ ਨੰਬਰ ਐਕਸਚੇਂਜ ਕੀਤੇ ਸੀ ਅਤੇ ਉੱਥੋਂ ਹੀ ਇਹ ਇੱਕ ਦੂਜੇ ਦੇ ਵਾਕਫ ਹੋਏ ਸੀਗੇ ਅਤੇ ਆਸ਼ੀਸ਼ ਨੇ ਹੀ ਇਹਨੂੰ ਜਿਹੜਾ ਹੈਗਾ ਵਾ ਇਹ ਵੈਪਨਸ ਚੱਕਣ ਵਾਸਤੇ ਪ੍ਰੇਰਿਤ ਕੀਤਾ ਸੀਗਾ ਅਤੇ ਉਹਦੇ ਕਹਿਣ 'ਤੇ ਹੀ ਇਹਨੇ ਵੈਪਨ ਜਿਹੜੇ ਆ ਉਹ ਚੱਕੇ ਸੀਗੇ। ਔਰ ਇਹ ਕਿਸੇ ਜਗ੍ਹਾ 'ਤੇ ਇਹਨੇ ਜਿੱਥੇ ਆਸ਼ੀਸ਼ ਨੇ ਇਹਨੂੰ ਫਰਦਰ ਕਹਿਣਾ ਸੀ ਉੱਥੇ ਇਹਨੇ ਇਹ ਜਿਹੜੇ ਵੈਪਨ ਉਹ ਪਹੁੰਚਾਉਣੇ ਸੀਗੇ ਅਤੇ ਜਦੋਂ ਉਸ ਰਸਤੇ 'ਚ ਇਹਨੂੰ ਅਸੀਂ ਕਾਬੂ ਕਰ ਲਿਆ। ਜਿਹੜਾ ਆਸ਼ੀਸ਼ ਆ ਉਹਨੂੰ ਅਸੀਂ ਹੁਣ ਪ੍ਰੋਡਕਸ਼ਨ ਵਰਨ 'ਤੇ ਲਿਆਵਾਂਗੇ। ਪ੍ਰੋਡਕਸ਼ਨ ਵਰਨ 'ਤੇ ਲਿਆ ਕੇ ਉਹਦੀ ਪੁੱਛਗਿੱਛ ਤੋਂ ਪਤਾ ਲੱਗੂਗਾ ਵੀ ਹੋਰ ਕਿਹੜੇ ਕਿਹੜੇ ਜਿਹੜੇ ਸਲੀਪਰ ਸੈਲਸ ਆ, ਹੋਰ ਕਿਹੜੇ ਕਿਹੜੇ ਉਹਦੇ ਬੰਦੇ ਆ ਜਿਹੜੇ ਕਿ ਕ੍ਰਿਮੀਨਲ ਜਿਹੜੀਆਂ ਐਕਟੀਵਿਟੀਜ਼ ਉਹਨਾਂ ਨੂੰ ਅੰਜਾਮ ਦਿੱਤੇ, ਜੇ ਗਾਂ ਗਾਂ ਇਹਨਾਂ ਦਾ ਕੀ ਇਹਨਾਂ ਦਾ ਟਾਰਗੇਟ ਸੀਗਾ, ਕਿਉਂਕਿ ਇਹਨਾਂ ਦੀ ਟਾਰਗੇਟ ਕਿਲਿੰਗ ਵੀ ਇਹ ਵਿੱਚ ਆਇਆ ਸਾਨੂੰ। ਇਨੀਸ਼ਲੀ ਜਿਹੜੀ ਸਾਡੀ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਟਾਰਗੇਟ ਕਿਲਿੰਗ ਕਰ ਸਕਦੇ ਆ ਵੱਡੇ ਬਿਜ਼ਨਸ ਹਾਊਸਿਸ ਜਿਹੜੇ ਮਾਲਵੇ ਰੀਜਨ ਦੇ ਹੈਗੇ ਆ ਉਹਨਾਂ ਨੂੰ ਇਹ ਹਿੱਟ ਕਰ ਸਕਦੇ ਆ ਤਾਂ ਕਿ ਉਹਨਾਂ ਤੋਂ ਇਹ ਰੈਂਸਮ ਵਗੈਰਾ ਜਿਹੜਾ ਵਾ ਉਹ ਇਕੱਠਾ ਕਰ ਸਕਣ। ਇਹਦੇ ਮਗਰ ਜਿਹੜਾ ਹੈਗਾ KTF ਹਰਦੀਪ ਨਿੱਜਰ ਜਿਹੜੇ ਨਾਂ ਦਾ ਬੰਦਾ ਇੱਕ ਜਿਹੜਾ ਬਾਹਰ ਕਨੇਡਾ 'ਚ ਬੈਠਾ, ਜਿਹਨੂੰ ਇੱਕ ਗਵਰਨਮੈਂਟ ਆਫ ਇੰਡੀਆ ਨੇ ਉਹ ਜਿਹੜੀ KTF ਔਰਗਨਾਈਜੇਸ਼ਨ ਆ ਜਿਹੜੀ ਖਾਲਿਸਤਾਨ ਟਾਈਗਰ ਫੋਰਸ ਉਹਨੂੰ ਟੈਰਿਸਟ ਔਰਗਨਾਈਜੇਸ਼ਨ ਵੱਲੋਂ ਗਿਰਦਾਨਿਆ ਗਿਆ। ਇਹਦੇ 'ਚ ਹੋਮ ਮਿਨਿਸਟਰੀ ਦਾ ਨੋਟੀਫਿਕੇਸ਼ਨ ਵੀ ਹੈਗੀ ਹੈ। ਉਹਦੇ ਨਾਲ ਨਾਲ ਅਰਸ਼ ਢਾਲਾ, ਰਮਨਦੀਪ ਭੁੱਲਰ ਜਿਹੜਾ ਜੱਜ ਇੱਕ ਹੈਗਾ ਬਦਮਾਸ਼ ਜਿਹੜਾ ਅੰਮ੍ਰਿਤਸਰ ਜੇਲ੍ਹ 'ਚ ਬੰਦ ਆ, ਰਮਨਦੀਪ ਅਤੇ ਰਿੰਕੂ ਬੀਲਾ, ਇਹ 3 ਬੰਦੇ ਆ ਜਿਹੜੇ ਬਾਹਰ ਬੈਠੇ ਆ ਸਰੀ 'ਚ ਰਹਿ ਰਹੇ ਆ। ਅੱਗੇ ਵੀ ਕਾਫੀ ਇਹਨਾਂ ਨੇ ਜਿਹੜੀਆਂ ਹੈਗੀਆਂ ਵਾ ਭਗਤਾ ਭਾਈਕਾ ਟਾਰਗੇਟ ਕਿਲਿੰਗ ਕਰਾਈ ਸੀਗੀ, ਫਿਰ ਇੱਕ ਹਿੰਦੂ ਟੈਂਪਲ ਦੇ ਵਿੱਚ ਪ੍ਰੀਸਟ ਦੇ ਗੋਲੀਆਂ ਮਰਾਈਆਂ ਸੀ ਫਲੋਰ, ਦੈਨ ਸੁਪਰਸ਼ਾਈਨ ਜਿਹੜਾ ਇੱਕ ਸ਼ੋਰੂਮਸ ਦਾ ਮਾਲਕ ਸੀਗਾ ਪਿੰਕਾ ਉਹਨੂੰ ਮਾਰਿਆ ਸੀ ਮੂੰਗੇ 'ਚ, ਔਰ ਇਸ ਤੋਂ ਇਲਾਵਾ ਇਹਨਾਂ ਨੇ ਲਾਈਵ ਸਟ੍ਰੀਮ ਹੋ ਕੇ ਸ਼ਕਤੀ ਸਿੰਘ ਨੂੰ ਵੀ ਕਤਲ ਕਰਨਾ ਸੀ ਜਿਹੜਾ ਕਿ ਸਕਰੇਲੇਜ ਇੰਸੀਡੈਂਟ ਦਾ ਅਕਿਊਜ਼ਡ ਆ। ਸੋ ਇਹਨਾਂ ਦੀ ਮਗਰ ਜਿਹੜਾ ਹੈਗਾ ਤਾਰਾਂ ਉੱਥੇ ਜੁੜੀਆਂ ਹੋਈਆਂ, ਇਹਨੂੰ ਅਸੀਂ ਸਾਰੇ ਜਿਹੜਾ ਇਹਨਾਂ ਦਾ ਨੈਕਸਸ ਆ ਉਹਨੂੰ ਆਉਣ ਵਾਲੇ ਦਿਨਾਂ 'ਚ ਇਹਦਾ ਪਰਦਾ ਹੋਰ ਫਾਸ਼ ਕਰਾਂਗੇ, ਇਹਨੂੰ ਡਿੱਗ ਆਊਟ ਕਰਾਂਗੇ, ਔਰ ਜਿੰਨੇ ਵੀ ਇਹਨਾਂ ਦੇ ਮੋਡਿਊਲਸ ਇੱਧਰ ਉੱਧਰ ਤੁਰੇ ਫਿਰਦੇ ਆ ਉਹਨਾਂ ਨੂੰ ਵੀ ਅਸੀਂ ਕਾਬੂ ਕਰਾਂਗੇ, ਔਰ ਹੋਰ ਰਿਕਵਰੀਸ ਔਰ ਹੋਰ ਕੀ ਇਹਨਾਂ ਦੀਆਂ ਟਾਰਗੇਟ ਸੀਗੀਆਂ ਉਹ ਜਿਹੜੇ ਆ ਉਹ ਲਾਈਟ 'ਚ ਆਉਣਗੇ। ਇੱਕ ਮੁਕੱਦਮਾ ਪਹਿਲਾਂ ਹੈਗਾ ਮੋਹਾਲੀ, ਬਾਕੀ ਇਹਦੀ ਤਹਿਕੀਕਾਤ ਕਰ ਰਹੇ ਹਾਂ ਵੀ ਹੋਰ ਕਿਹੜੇ ਕਿਹੜੇ ਮੁਕੱਦਮੇ ਇਸਤੇਮਾਲ ਕਿੱਥੇ ਹੋਣਾ ਸੀ, ਮਾਲਵੇ ਖੇਤਰ ਜੀ ਜਾਂ ਕਿਸੇ ਹੋਰ ਥਾਂ ਤੇ ਜੀ? ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ, ਇਹ ਜਦੋਂ ਉਹਨੂੰ ਲਿਆਵਾਂਗੇ ਉਹ ਦੱਸੂਗਾ, ਉਹ ਫਿਰ ਤੁਹਾਡੇ ਸਾਹਮਣੇ ਕਰ ਦਾਂਗੇ ਵੀ ਇਹਨੇ ਆਹ ਦੱਸਿਆ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।